ਇਹਦਾ ਸੌ ਅਗਰ ਬਾਰਡਰ ਦੀਆਂ ਤਾਰਾ ਹਟਾ ਦਿੱਤੀਆਂ ਜਾਣ ਔਰ ਪਲੇਅਰਾਂ ਨੂੰ ਇਜਾਜ਼ਤ ਹੋਵੇ ਕਿ ਆਓ ਜਾਓ ਜਿੱਥੇ ਮਰਜ਼ੀ ਹੋਣ ਉੱਥੇ ਵੀ ਮੈਚ ਆ ਗਿਆ ਫਲਾਣੇ ਪਿੰਡ ਦੇ ਆ ਜਾਓ ਜਨਾਬ ਇਹਦੇ ਨਾਲ ਕੀ ਫਰਕ ਪਏਗਾ ਇਹਦੇ ਨਾਲ ਇੰਨਾ ਫਰਕ ਇਹ ਪਏਗਾ ਕਿ ਕਬੱਡੀ ਵਾਲੇ ਕੋਠੀਆਂ ਪਾ ਕੇ ਬਹਿ ਜਾਣਗੇ ਇੱਥੇ ਅੱਛਾ ਜੀ ਹਾਂ ਜੀ ਵਜਾ ਇਹ ਕਿ ਉਹ ਕਬੱਡੀ ਉਹਨਾਂ ਦੀ ਬਹੁਤ ਹਾਈ ਹੈ ਕਬੱਡੀ ਪੰਜਾਬ ਦੀ ਨਾ ਉਹਨਾਂ ਦੇ ਕੋਈ ਐਕਟਰ ਲਾ ਲੋ ਕ੍ਰਿਕਟਰ ਲਾ ਲੋ ਤੁਹਾਡਾ ਨਾਮ ਹੀ ਟਰੈਕਟਰ ਹੁੰਦਾ ਹਾਂਜੀ ਆ ਹੁਣ ਮੈਂ ਜਾਣਾ ਸੀ ਮੈਂ ਸਰਜਰੀ ਨਾ ਕਰੋਨਾ ਤੇ ਮੈਂ ਜਾਣਾ ਸੀ ਉੱਥੇ ਇੰਡੀਆ ਕੇ ਲੈਣਾ ਸੀ 80 ਟਰੈਕਟਰ ਸੀ ਕਪਾਂ ਤੇ ਜਿਹੜੇ ਸੀ ਨਾ ਨਾਮ ਬੈਸਟਾ ਨੂੰ 80 ਟਰੈਕਟਰ ਸੀ ਲਾਲਾ ਮਹੀਨੇ ਦੇ ਵਿੱਚ ਕੱਪ ਸੀਗੇ ਟਰੈਕਟਰ ਤੇ ਜੁੱਤ ਵੀ ਲਾਦੇ ਤਾਂ ਲਿਆਂਕੇ ਨੇ ਦੇਣਾ ਸੀ ਤਾਂ ਇਹ ਚੀਜ਼ ਹੈਗੀ ਆ ਉਹ ਬੰਦਾ ਫਿਰ ਐਕਸਚੇਂਜ ਕਰ ਲੈਂਦਾ ਨਾਲ ਮੈਨੂੰ ਕਹਿਣ ਡਿਆ ਕਿ ਨਾ ਤੂੰ 10 ਤੋਂ 12 ਡਾਕਟਰ ਜੇ ਸਕਦਾ ਕਿ ਤੂੰ ਆ ਜਾ ਇੱਥੇ ਲੇਕਿਨ ਮੈਂ ਸਰਜਰੀ ਕਰਾ ਲਈ ਆਪਾਂ ਜਾਵਾਂਗੇ ਨੈਕਸਟ ਜਾਣਾ ਇਨਸ਼ਾਅੱਲਾ ਤੇ ਤੇ ਬਾਕੀ ਇਹ ਆਪਣੇ ਕਬੱਡੀ ਵਾਲਿਆਂ ਦੇ ਹਾਲਾਤ ਬਹੁਤ ਅੱਛੇ ਹੋ ਜਾਣੇ ਜੇ ਖੁੱਲ੍ਹਿਆ ਹੁੰਦਾ ਨਾ ਕਰੀਮ ਕਰਮ ਹਾਂਜੀ ਮੈਂ ਐ